पान नहीं लगा बाबा तेन रंगे हथी फड़िया चिट्टा पींदा नहीं फड़िया फड़िया के नहीं फड़िया अज ते संगत नूं भी बेनती करने दुनिया नूं दूर दे नेड़े दी हरेक नूं बेनती करने भी एवें दे पखंडी साधां तों बचो ए जिहड़ा पिछे बैठा चिट्टा पींदा रंगे हथी फड़िया भी ते कोलों भी चिट्टा फड़िया मुरादपुरों लैके आया सारिआं नूं बेनती है नौजवानां नूं कि बजुर्गां बच्चिआं नूं भी जिथे भी एवें दे पखंडी साध गलत काम करदे ने जिहड़े डेरिआं ते जुत्तियां मार के डेरे चो बाहर कढो उहनां नूं वेखो इहदे चिट्टा लैटर पन्नी पुन्नी सारा कुछ इहदे कोलों फड़िआ है पिंड च ते महात्मा संत बन जांदे ने ब्रह्म ज्ञानी बन जांदे ने बड़ा कुछ कहांदे ने पर पिंडों बाहर आ के दूजे एरिए दे पिंडां जा के गंद पांदे ने चिट्टा पींदे ने नशा करदे ने हरेक तरां दा नशा इहदी गड्डी चो फड़िआ है हरेक तरां दा ਭੁੱਕੀ ਭੀਮ ਗਾਂਜਾ ਸੁਲਫਾ ਗੋਲੀਆਂ ਚਿੱਟਾ ਤੱਕ ਅਸੀਂ ਹੋਰ ਕਿਸੇ ਦੇ ਵਿਰੋਧੀ ਨਹੀਂ ਸਿਰਫ ਚਿੱਟਾ ਵਿਰੋਧੀ ਆ ਜਿਹੜੇ ਚਿੱਟਾ ਪੀਂਦੇ ਨੇ ਇਹ ਲੈ ਕੇ ਆਇਆ ਮੁਰਾਦਪੁਰੇ ਤੋਂ ਚਿੱਟਾ ਤੇ ਜਿਹੜੇ ਵੀ ਪਿੰਡ ਅਸਾਧ ਹੈਗਾ ਇਹਨੂੰ ਟਿੱਲੇ ਚੋਂ ਜਾਂ ਕਿਸੇ ਵੀ ਡੇਰੇ ਚ ਹੋਵੇ ਇਹਨੂੰ ਬਾਹਰ ਕੱਢਿਆ ਜਾਵੇ ਨਹੀਂ ਤੇ ਨੌਜਵਾਨਾਂ ਦੀ ਜ਼ਿੰਦਗੀ ਦਾ ਘਾਣ ਕਰ ਦੇਗਾ ਇਹ ਉਹੀ ਪਖੰਡੀ ਸਾਧ ਨੇ ਜਿਹੜੇ ਨਸ਼ਿਆਂ ਤੇ ਲਾਉਂਦੇ ਨੇ ਲੋਕਾਂ ਨੂੰ ਆ ਚੰਗੀ ਤਰ੍ਹਾਂ ਸ਼ਕਲ ਵੇਖ ਲੋ ਇਹਦੀ ਵੇਖਣ ਨੂੰ ਤਾਂ ਸਾਬਤ ਸੂਰਤ ਲੱਗਦਾ ਜਟਾਵਾਂ ਨੇ ਹੁਣ ਹੱਥ ਜੋੜਦਾ ਪਿਆ ਐਵੇਂ ਸੰਗਤ ਆ ਕੇ ਇਹਦੇ ਕੋਲ ਹੱਥ ਜੋੜਦੀ ਏ ਪੈਸਿਆਂ ਦਾ ਚੜਾਵਾ ਚੜਾਉਂਦੇ ਨੇ ਇਹਦੇ ਕੋਲ ਆ ਕੇ ਤੇ ਲੋਕਾਂ ਨੂੰ ਮੂਰਖ ਬੁੱਧੂ ਬਣਾ ਕੇ ਪੁੱਠੇ ਰਾਹ ਚ ਪਾ ਦਿੰਦੇ ਨੇ ਨਸ਼ਿਆਂ ਚ ਲਾ ਦਿੰਦੇ ਨੇ ਗਨ ਬਣਾ ਕਿੱਥੋਂ ਲਿਆ ਸਮਾਨ ਪੁੱਛ ਬਾਬਾ ਇਹ ਦੱਸ ਦੇ ਕਿੱਥੋਂ ਲਿਆ ਲਿਆ ਕਿੱਥੋਂ ਸਮਾਨ ਲਿਆ ਉਹ ਮੇਰੀ ਪੁੱਛ ਨਾ ਨਾ ਹੱਲ जनानी तो लैके बंदे तो लैके बंदा केड़े पिंडो मजबूरी है चल भी मेन पिंड नारायणगढ़ कनोड साहब वाल उधर ने कलारा कलारा पिछे तिला जी है ਬਲਮਗੜ ਬਣਾ ਕੇ ਬਲਮਗੜ ਬਣਾ ਕੇ ਉਹ ਤਿੱਲਾ ਹੈਗਾ ਅਰੇ ਕੋਈ ਚਿੱਟਾ ਫੜਿਆ ਬਾਬੇ ਤੋਂ ਚੋਣਾ ਭਲਾ ਸਾਬਤ ਸੂਰਤ ਸਾਧ ਬਣਿਆ ਫਿਰਦਾ ਗੱਡੀ ਚ ਬੈਠਾ ਚਿੱਟਾ ਪੀੜਦਾ ਵੀ ਪੰਨੀ ਤੇ ਲੈਟਰ ਤੇ ਆ ਚਿੱਟਾ ਫੜਿਆ ਮੈਂ ਤੇ ਪਿੰਡ ਚੋਂ ਲੈ ਕੇ ਆਇਆ ਸ਼ਰਮ ਕਰ ਬਾਬਾ ਸ਼ਰਮ ਥੋੜੀ ਕਰ ਦੇ ਮੁੜ ਕੇ ਕੀ ਹੱਦੇ ਤੇਰੇ ਵਾਲੀ ਹੁਣ ਤੈਨੂੰ ਕਹੀਏ ਕੀ ਸਾਡੇ ਪਿਓ ਤੋਂ ਵੀ ਵੱਡਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਨਾਥ ਦੇ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਬੜਾ ਅਹਿਮ ਮਸਲਾ ਅਸੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਫੇਸਬੁੱਕ ਦੇ ਉੱਤੇ ਅੱਜ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸਾਧ ਭੇਸ ਦੇ ਵਿੱਚ ਇੱਕ ਸਾਧੂ ਦੇ ਰੂਪ ਦੇ ਵਿੱਚ ਇੱਕ ਬੰਦਾ ਜੋ ਕੁਝ ਨੌਜਵਾਨਾਂ ਨੇ ਕਾਬੂ ਕੀਤਾ ਹੈ ਜੋ ਚਿੱਟਾ ਲਾਉਂਦਾ ਹੋਇਆ ਫੜਿਆ ਗਿਆ ਸੋ ਸਾਡੇ ਨਾਲ ਨੇ ਉਹ ਨੌਜਵਾਨ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਉਸ ਉਹਦਾ ਪਰਦਾਫਾਸ਼ ਸਾਧੂ ਦੇ ਰੂਪ ਦੇ ਵਿੱਚ ਜੋ ਉਹ ਡੰਬੀ ਉਹ ਭੇਖੀ ਬੰਦਾ ਸੀ ਉਹਦਾ ਪਰਦਾਫਾਸ਼ ਜਿਨ੍ਹਾਂ ਨੇ ਕੀਤਾ ਹੈ ਸਾਡੇ ਨਾਲ ਨੇ ਇਸ ਵਕਤ ਗਗਨਦੀਪ ਸਿੰਘ ਵਿਰਕ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਰੂਬਰੂ ਕਰਾਂਗੇ ਉਹਨਾਂ ਨੂੰ ਤੇ ਜਾਣਾਂਗੇ ਕੀ ਹੈ ਸਾਰਾ ਮਸਲਾ ਸੋ ਗਗਨਦੀਪ ਸਿੰਘ ਜੀ ਕੀ ਤੁਸੀਂ ਸਾਨੂੰ ਸੁਣ ਪਾ ਰਹੇ ਹੋ ਹਾਂਜੀ ਹਾਂ ਬਾਈ ਸਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਦਾ ਕੰਮ ਤੁਸੀਂ ਕਰਦੇ ਆ ਰਹੇ ਹੋ ਪਹਿਲਾਂ ਇਸ ਬਾਰੇ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਫਿਰ ਮੈਂ ਤੁਹਾਡੇ ਨਾਲ ਅੱਗੇ ਗੱਲਬਾਤ ਕਰਾਂਗਾ ਹਾਂਜੀ ਬਾਜੀ ਮੇਰਾ ਨਾਮ ਗਗਨ ਵਿਰਕ ਦੇ ਵਿਰਕ ਨਾਮ ਹੈ ਜੀ ਮੇਰਾ ਗਗਨਦੀਪ ਸਿੰਘ ਵਿਰਕ ਜੀ ਤੇ ਸਮਾਣਾ ਸ਼ਹਿਰ ਦੇ ਰਹਿਣ ਵਾਲੇ ਹਾਂ ਜੀ ਅਸੀਂ ਇਹ ਸਾਧੂ ਪਖੰਡੀ ਨੂੰ ਪਹਿਲਾਂ ਵੀ ਅਸੀਂ ਇੱਕ ਦਿਨ ਘੇਰਿਆ ਸੀ ਜੀ ਅੱਜ ਤੋਂ 25-30 ਦਿਨ ਪਹਿਲਾਂ ਲਾ ਲਓ ਮਹੀਨੇ ਦੇ ਨੇੜੇ ਤੇੜੇ ਜੀ ਉਦੋਂ ਵੀ ਮੈਂ ਕਿਹਾ ਤੁਸੀਂ ਗੇੜੇ ਲਾਣ ਦਿਓ ਕਿਹੜੇ ਬੇਸ ਤੇ ਇੱਧਰ ਗੇੜੇ ਲਾਣ ਦਿਓ ਕਹਿੰਦੇ ਵੀ ਮੈਂ ਫਲਾਣੇ ਇੱਥੇ ਪਿੰਡ ਚ ਸਾਧ ਆ ਮੈਂ ਸੁਲਫਾ ਲੈਣ ਆਇਆ ਚਲੋ ਜੀ ਅੱਜ ਵੀ ਮੈਨੂੰ ਕਿਸੇ ਨੇ ਕੋਲ ਕੀਤੀ ਮੇਰੇ ਫਰੈਂਡ ਨੇ ਕਹਿੰਦੇ ਵੀ ਬਾਈ ਗੱਡੀ ਖਲੋਤੀ ਹੈ ਪਿੰਡ ਮੋੜ ਤੇ ਕੋਈ ਬਗਾਨੀ ਗੱਡੀ ਹੈ ਕੋਈ ਚੱਕਰ ਨਾ ਹੋਵੇ ਉੱਥੇ ਅਸੀਂ ਗਏ ਦੋ ਚਾਰ ਜਾਣੇ ਪਹਿਲਾਂ ਸਿੱਧਾ ਲੰਘੇ ਬਾਅਦ ਚੋਂ ਜਦੋਂ ਉਹਨਾਂ ਨੂੰ ਵੇਖਿਆ ਲਫਾਫੇ ਤੇ ਪਾ ਕੇ ਕੋਈ ਪੇਪਰ ਕੇਂਦਰ ਕੀਤਾ ਪਰ ਫੋਲਡ ਕਰ ਲੈਂਦੇ ਹਾਂ ਉਹਦੇ ਤੇ ਲਾ ਕੇ ਪੈਪ ਰਾਈ ਸਨੇਕ ਕਰਦਾ ਪਿਆ ਸੀ ਸਮਾਨ ਇਹਨੂੰ ਉੱਤੋਂ ਅਸੀਂ ਰੰਗੇ ਹੱਥੀ ਫੜਿਆ ਜਦੋਂ ਉਹਦੇ ਬਾਰੇ ਪਤਾ ਲੱਗਿਆ ਤੇ ਪਿੰਡ ਨਾਰਾਇਣਗੜ੍ਹ ਰਾਮਦਾਸ ਟਿੱਲੇ ਤੇ ਰਹਿੰਦਾ ਉਹ ਸਾਧ ਜੀ ਹਾਂਜੀ ਹਾਂ ਕੀ ਤੁਸੀਂ ਇਸ ਸਾਧ ਦੇ ਪਿਛੋਕੜ ਬਾਰੇ ਕੁਝ ਜਾਣਦੇ ਹੋ ਕਿ ਇਹ ਕਿੱਥੋਂ ਆਇਆ ਹੈ ਤੇ ਕਦੋਂ ਉਸ ਪਿੰਡ ਦੇ ਵਿੱਚ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉੱਥੇ ਆ ਕੇ ਰਹਿਣ ਲੱਗਾ ਤੇ ਕਿੱਥੋਂ ਇਹ ਪਿੱਛੋਂ ਬਿਲੋਂਗ ਕਰਦਾ ਇਸ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਇਸ ਬਾਰੇ ਅੱਜ ਹੀ ਸਾਨੂੰ ਪਤਾ ਲੱਗਾ ਮੋਟੀ ਮੋਟੀ ਜਾਣਕਾਰੀ ਹੈ
ਨਰੈਣਗੜ ਰਾਮਦਾਸ ਕਿੱਲੇ ਤੇ ਰਹਿੰਦਾ ਡੇਰੇ ਤੇ, ਉਥੋਂ ਦਾ ਸਾਰਾ ਕਾਰੋਬਾਰ ਇਹਨੇ ਸਾਂਭਿਆ ਹੋਇਆ। ਗਊਸ਼ਾਲਾ ਉੱਥੇ ਬਣਾਈ ਤੇ ਗਊਸ਼ਾਲਾ ਦੇ ਨਾਂ ਤੇ ਵੀ ਕੋਈ ਲਾਟਰੀਆਂ ਲੁਟਰੀਆਂ ਪਾਉਂਦਾ ਤੇ ਉੱਥੋਂ ਵੀ ਪੈਸੇ ਕੋਈ ਜਿਹੜੇ ਇਕੱਠੇ ਹੋ ਜਾਂਦੇ ਨੇ ਉਹ ਹੜੱਪ ਜਾਂਦਾ, ਠੱਗੀ ਲਾ ਜਾਂਦਾ, ਠੋਕ ਜਾਂਦਾ ਇਹਨਾਂ ਦੇ ਪਿੰਡ ਦੇ ਬੰਦਿਆਂ ਦਾ ਕਹਿਣਾ। ਤੇ ਬਾਕੀ ਇਹਦਾ ਪਿਛਲਾ ਪਿੰਡ ਰੁੜਕੀ ਪਿੰਡ, ਇਹਦਾ ਪਿਛਲਾ ਕੋਈ ਮਲੇਰਕੋਟ ਦੇ ਨਾਭੇ ਦੇ ਵਿਚਾਲੇ ਪਿੰਡ ਆਉਂਦਾ ਹੋਣਾ ਰੁੜਕੀ ਜੀ। ਹਾਂਜੀ, ਸੋ ਕੀ ਸਾਨੂੰ ਤੁਸੀਂ ਦੱਸ ਸਕਦੇ ਹੋ ਜੀ, ਤੁਸੀਂ ਏਦਾਂ ਦੇ ਕਾਰਜ ਆਮ ਤੌਰ ਤੇ ਕਰਦੇ ਰਹਿੰਦੇ ਹੋ ਜੋ ਇਹ ਐਂਟੀ ਡਰੱਗਸ ਦਾ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਇਹਦੇ ਬਾਰੇ ਤੁਸੀਂ ਕਿਵੇਂ ਕੰਮ ਕਰਦੇ ਹੋ ਜੀ? ਆਪਣੇ ਹਾਂਜੀ ਹਾਂ, ਕਾਲਜ ਟਾਈਮ ਤੋਂ ਸਾਡੀ ਪਾਰਟੀ ਸੀ ਸਟੂਡੈਂਟ ਐਸੋਸੀਏਸ਼ਨ ਪੰਜਾਬ ਸਹਿਤ ਭਲਵਾਨ ਗਰੁੱਪ, ਪਰ ਜਦੋਂ ਦਾ ਹੁਣ ਚਿੱਟੇ ਦਾ ਦੌਰ ਜ਼ਿਆਦਾ ਚੱਲਿਆ ਅਸੀਂ ਆਪਣੀ ਟੀਮ ਰਜਿਸਟਰ ਕਰਾ ਕੇ ਐਂਟੀ ਡਰੱਗ ਟੀਮ ਬਣਾਈਏ ਜਿਹਦੇ ਸਾਡੇ ਆਈ ਕਾਰਡ ਵੀ ਬਣੇ ਹੋਏ ਨੇ ਤੇ ਜਿਹੜਾ ਵੇਚਦਾ ਜੇ ਉਹ ਫੜਿਆ ਜਾਏ ਉਹਦੇ ਤੇ ਵੀ ਕਾਰਵਾਈ ਕਰਾਈ ਦੀ ਹੈ। ਪਿਛਲੇ ਮਹੀਨੇ ਦੀ ਗੱਲ ਹੈ, ਉਦੋਂ ਵੀ ਮੁੰਡਾ ਓਵਰਡੋਜ਼ ਹੋ ਕੇ ਮੁੰਡਾ ਮਰ ਗਿਆ ਇਸੇ ਪਿੰਡ ਰੋਡ ਤੇ, ਉਹ ਮੁੰਡਾ ਸੀ ਭਵਾਨੀਗੜ੍ਹ ਤੋਂ ਜੀ। ਉਹਦੇ ਵੀ ਪਤਾ ਕਰਕੇ ਜਿਹੜਾ ਮੁੰਡਾ ਉਹਦੇ ਨਾਲ ਬਚ ਗਿਆ ਸੀ ਉਹ ਤੋਂ ਪਤਾ ਕਰਾ ਕੇ ਕੋਈ ਲੇਡੀਜ਼ ਵੇਚਦੀ ਸੀ ਉਹਦੇ ਤੇ ਵੀ 306 ਦਾ ਪਲੱਸ NDPS ਦਾ ਪਰਚਾ ਕਰਾਇਆ ਹੈ। ਠੀਕ ਹੈ, ਸੋ ਕੀ ਤੁਹਾਨੂੰ ਇਹ ਮਹਿਸੂਸ ਹੁੰਦਾ ਜੋ ਇੱਦਾਂ ਦੇ ਸਾਧ ਨੇ ਜੋ ਭੇਖੀ ਨੇ ਜੋ ਡੰਮ ਬਣਾਉਂਦੇ ਨੇ ਆਪਣਾ, ਸੋ ਤੁਹਾਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਪੌਂਸਰਡ ਨੇ ਕਿਸੇ ਤਾਕਤ ਵੱਲੋਂ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ? ਹਾਂਜੀ ਹਾਂ, ਮਿਲੀ ਰਲੀ ਮਿਲੀ ਭੁਗਤ ਹੁੰਦੀ ਹੈ ਸਾਰੀ ਕਿਸੇ ਨਾ ਕਿਸੇ ਦੀ। ਹੁਣ ਲੋਕੀ ਉੱਥੇ ਜਾ ਕੇ ਚੜਾਵਾ ਚੜਾਉਂਦੇ ਨੇ, ਮਿਹਨਤ ਕਰਦੇ ਨੇ, ਮਿਹਨਤ ਦੀ ਕਮਾਈ ਚੋਂ ਉਹਦੇ ਗੁਰੂ ਘਰ ਚੜਾਵਾ ਚੜਾਉਂਦੇ ਨੇ, ਐਵੇਂ ਦੇ ਭੇਖੀ ਹੜੱਪ ਕੇ ਬਾਹਰ ਨਸ਼ਾ ਪੱਤਾ ਕਰਦੇ ਨੇ। 2500 ਦਾ ਕਹਿੰਦਾ ਜੇ ਮੈਂ ਚਿੱਟਾ ਲੈ ਕੇ ਆਇਆ, ਜੇ 2500 ਦਾ ਨੀ 2000 ਦਾ ਵੀ 60,000 ਰੁਪਇਆ ਮਹੀਨਾ ਬਣਦਾ। ਪੈਸਾ ਕਿਹੜਾ ਜਨਤਾ ਦਾ ਤੇ ਸੰਗਤ ਦਾ ਤੇ ਹੈ ਗੁਰੂ ਘਰ ਦਾ। ਗੋਲਕਾਂ ਹੜੱਪ ਲੈਣਗੇ, ਨਸ਼ੇ ਪੱਤੇ ਪੂਰੇ ਕਰਨਗੇ, ਪੂਰੀ ਅਯਾਸ਼ੀ ਕਰਦੇ ਨੇ। ਪਤਾ ਕਰਨ ਪਿਆ ਪਹਿਲਾਂ ਇਹਨੇ ਓਡੀ ਗੱਡੀ ਵੀ ਰੱਖੀ ਸੀ ਇੱਕ, ਅੱਛਾ, ਤੇ ਹੁਣ ਥੋੜੇ ਟਾਈਮ ਤੋਂ ਓਡੀ ਵੇਚ ਕੇ ਇਹਨੇ ਵਰਨਾ ਲਈ ਹੈ ਜੀ। ਹਾਂਜੀ ਹਾਂ, ਤੇ ਹੋਰ ਕਿਉਂਕਿ ਇਹਨਾਂ ਨੇ ਕਈ ਬਰਬਾਦ ਕੀਤੇ ਨੇ, ਕਿਉਂਕਿ ਕਈ ਤੇ ਅੰਧ ਭਗਤ ਨੇ ਹੱਲੇ ਵੀ ਵੀ ਨਹੀਂ ਬਾਬਾ ਬਾਬਾ ਕਰਮ ਦੋ, ਕਹਿੰਦੇ ਬਾਬੇ ਮੌਜ ਚ ਰਹਿੰਦੇ ਨੇ। ਮੈਂ ਇਹ ਮੌਜ ਉਦੋਂ ਦੱਸਿਓ ਜਦੋਂ ਤੁਹਾਡੇ ਘਰ ਦੇ ਬੱਚੇ ਵੀ ਪੀਣ ਲੱਗੇ। ਬਿਲਕੁਲ ਬਿਲਕੁਲ, ਸੋ ਇਹ ਪਹਿਲਾਂ ਵੀ ਸਾਡੇ ਸੁਣਨ ਦੇ ਵਿੱਚ ਆਉਂਦੀ ਰਹੀ ਹੈ ਕਿ ਇਦਾਂ ਦੇ ਜੋ ਨਸ਼ਈ ਬੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਸਮਾਜ ਐਕਸੈਪਟ ਨਹੀਂ ਕਰਦਾ, ਪਰ ਜਦੋਂ ਉਹ ਕਿਸੇ ਡੇਰੇ ਦੇ ਮੁਖੀ ਬਣ ਜਾਂਦੇ ਨੇ ਜਾਂ ਕਿਸੇ ਡੇਰੇ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਮਸਤ ਜਾਂ ਫਿਰ ਉਹਨਾਂ ਨੂੰ ਬਾਬੇ ਕਹਿ ਕੇ ਪੁਕਾਰਿਆ ਜਾਣ ਲੱਗ ਜਾਂਦਾ ਤੇ ਉਹਨਾਂ ਦੇ ਸਾਹਮਣੇ ਸੂਝਵਾਨ ਜੋ ਬੰਦੇ ਹੁੰਦੇ ਆ ਸਿਆਣੇ ਉਹ ਵੀ ਉਹਨਾਂ ਸਾਹਮਣੇ ਸਿਰ ਝੁਕਾਉਂਦੇ ਹੁੰਦੇ ਨੇ। ਤੁਸੀਂ ਸਾਨੂੰ ਦੱਸੋਗੇ ਜੀ ਕਿ ਜੋ ਸੂਬਾ ਸਰਕਾਰ ਹੈ ਪੰਜਾਬ ਦੀ, ਜੋ ਨਵੀਂ ਸਰਕਾਰ ਆਪਣੀ ਬਣੀ ਹੈ ਭਗਵੰਤ ਮਾਨ ਹੁਣਾਂ ਦੀ, ਕੀ ਤੁਹਾਨੂੰ ਉਮੀਦ ਆ ਉਹਨਾਂ ਤੋਂ ਜਾਂ ਕੀ ਤੁਸੀਂ ਸਮਾਚਾਰ, ਕਿਉਂਕਿ ਤੁਸੀਂ ਐਂਟੀ ਡਰੱਗ ਟੀਮ ਦਾ ਗਠਨ ਵੀ ਕੀਤਾ ਇਸ ਮਾਮਲੇ ਦੇ ਵਿੱਚ, ਤੁਸੀਂ ਕੰਮ ਕਰ ਰਹੇ ਹੋ, ਵਲੰਟੀਅਰ ਕੀਤਾ ਤੁਸੀਂ, ਸੋ ਕੀ ਤੁਸੀਂ ਸਰਕਾਰ ਦੇ ਸਾਹਮਣੇ ਸਾਡੇ ਇਸ ਅਦਾਰੇ ਦੇ ਰਾਹੀਂ ਕੋਈ ਮੰਗ ਰੱਖਣਾ ਚਾਹੁੰਦੇ ਹੋ? ਮੰਗ ਰੱਖਣਾ ਚਾਹੁੰਦੇ ਜੀ, ਜਦੋਂ ਦੇ ਵੋਟਾਂ ਦਾ ਟਾਈਮ ਹੁੰਦਾ ਜੀ ਜੀ, ਉਦੋਂ ਤੇ ਹਰੇਕ ਮੋੜ ਤੇ ਹਰੇਕ ਚੌਂਕ ਚ, ਪਿੰਡ ਚ ਜੇ 10 ਚੌਂਕ ਨੇ ਨਾ 10 ਚੌਂਕ ਚ MLA ਦਾ ਡੇਲੀ ਪ੍ਰੋਗਰਾਮ ਮਿਲੇਗਾ। ਪਰ ਵਿਧਾਇਕ ਨੂੰ ਜਿਹੜਾ ਏਰੀਆ ਦਾ ਵਿਧਾਇਕ ਜਿੱਥੇ ਨਸ਼ਾ ਵਿਕਦਾ ਉੱਥੇ ਪਿੰਡ ਪਿੰਡ ਜਾ ਕੇ ਕਹਿਣਾ ਚਾਹੀਦਾ ਵੀ ਇਹ ਨਸ਼ਾ ਬੰਦ ਕਰ ਦੋ, ਨਹੀਂ ਤੇ ਕਾਰਵਾਈ ਹੋਏਗੀ ਤੁਹਾਡੇ ਤੇ। ਪਰ ਨਹੀਂ, ਕਿਉਂਕਿ ਇਹਨਾਂ ਨੂੰ ਵੀ ਅੱਗੋਂ ਕੁਛ ਨਾ ਕੁਛ ਮਿਲਦਾ, ਸਭ ਰਲੀ ਮੁਲੀ ਭੁਗਤਦੀ, ਢਿੱਡ ਭਰੇ ਜਾਂਦੇ ਨੇ ਸਾਰਿਆਂ ਦੇ, ਤਾਂ ਹੀ ਕਾਰਵਾਈ ਨਹੀਂ ਹੁੰਦੀ ਇਹਨਾਂ ਤੇ। ਕਿਉਂ ਜੇ ਕਿਸੇ ਤੋਂ ਚੀਜ਼ ਫੜੀ ਜਾਏ, ਕੋਈ ਵੀ ਕੋਈ ਕਿਸੇ ਤੋਂ ਅਸਲਾ ਫੜਿਆ ਗਿਆ ਜਾਂ ਉਂਝ ਉਹਨੂੰ ਕੁੱਟ ਬਣਾ ਕੇ ਰਿਮਾਂਡ ਤੇ ਲਿਆਉਂਦੇ ਨੇ, ਪਰ ਐਵੇਂ ਦੇ ਬੰਦਿਆਂ ਨੂੰ ਵੀ ਜਿਹੜੇ ਵੇਚਣ ਵਾਲੇ ਫੜਦੇ ਨੇ ਉਹਨਾਂ ਨੂੰ ਵੀ ਕਹਿਣ ਕੰਟੈਕਟ ਤੇ ਹੋਏਗਾ ਬੰਦੇ ਦਾ, ਜਿੱਥੋਂ ਪਿੱਛੋਂ ਆਉਂਦਾ ਉਹ ਵੀ ਬੰਦਾ ਚੁੱਕਣ ਅੱਗੋਂ ਦੀ ਅੱਗੋਂ ਜੀ। ਬਿਲਕੁਲ, ਸੋ ਜੋ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਉਹਦਾ ਰੋਲ ਕੀ ਰਿਹਾ ਹੈ ਜੋ ਅੱਜ ਦਾ ਮਸਲਾ ਹੈ, ਚਾਹੇ ਜਾਂ ਪਹਿਲਾਂ ਵੀ ਤੁਸੀਂ ਇੱਦਾਂ ਦੇ ਮਸਲਿਆਂ ਨੂੰ ਡੀਲ ਕਰਦੇ ਆ ਰਹੇ ਹੋ, ਸੋ ਕੀ ਰਵੱਈਆ ਤੁਹਾਡੇ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਦਾ, ਕੀ ਉਹ ਇਹਦੇ ਤੇ ਸਤਰਕ ਨੇ ਜਾਂ ਫਿਰ ਉਹ ਵੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਉਦਾਂ ਦੀ ਹੀ ਕਾਰਵਾਈ ਉਹਨਾਂ ਦੀ ਹੈ? ਹਾਂਜੀ, ਸਤਰਕ ਤੁਹਾਨੂੰ ਪਤਾ ਹੀ, ਕੁਝ ਬੰਦੇ ਸਹੀ ਵੀ ਹੁੰਦੇ ਨੇ ਕੁਝ ਗਲਤ ਵੀ ਹੁੰਦੇ ਨੇ, ਆਪਾਂ ਬਰਾਬਰ ਨੀ ਕਿਸੇ ਨੂੰ ਵੀ ਕਹਿ ਸਕਦੇ, ਕਿਉਂਕਿ ਜਿਹੜੇ 2 ਪਰਚੇ ਕਰਾਏ ਵੀ ਨੇ ਅਸੀਂ ਫੜੇ ਸੀ ਟ੍ਰਿਪ ਮੌਕੇ ਤੋਂ, ਉਹ ਤਾਂ ਫੜੇ ਗਏ ਸੀ ਉਹਨੇ ਘਰ ਵਿਖਾਤਾ ਸੀ ਉਹਨਾਂ ਨੇ। ਹੁਣ ਜਿਹੜੇ ਵੇਚਣ ਵਾਲੇ ਬੰਦੇ ਨੇ ਇਹਨਾਂ ਨੇ ਕੀ ਕੰਮ ਸੋਚਿਆ, ਬੰਦੇ ਤੋਂ ਪੈਸੇ ਫੜ ਕੇ ਲੈ ਜਾਂਦੇ ਨੇ, ਉਹਨੂੰ ਘਰ ਨੀ ਵਿਖਾਉਂਦੇ, ਰਾਹ ਜਾਂਦੇ ਨੂੰ ਫੜਾ ਦਿੰਦੇ ਨੇ ਜੀ। ਬੰਦੇ ਨੂੰ ਉੱਥੇ ਖਿਲਾਰ ਜਾਣਗੇ, ਜਦੋਂ ਤੁਹਾਨੂੰ ਪਤਾ ਕੋਈ ਚੀਜ਼ ਲੈਣੀ ਪੈਸੇ ਫੜਾ ਜਾ, ਉਹਨੂੰ ਘੰਟਾ ਖਿਲਾਉਣਾ ਪਏ, ਅੱਧਾ ਘੰਟਾ ਖਿਲਾਉਣਾ ਪਏ, 5 ਮਿੰਟ ਉਹ ਖੜਾ ਰਹਿੰਦਾ, ਮਜਬੂਰ ਹੋ ਜਾਂਦਾ ਪੈਸੇ ਫੜਾ ਕੇ, ਕਿਉਂਕਿ ਅਮਲੀ ਬੰਦਾ ਪੀਣ ਦਾ ਆਦੀ ਹੋ ਗਿਆ, ਉਹਨੂੰ ਖਿਲਾਉਣਾ ਪਏਗਾ ਜੀ। ਹਾਂ, ਇਹਦੇ ਮੇਨ ਸੌਦਾਗਰ ਫੜੇ ਜਾਣ ਤਾਂ ਏ, ਕਿਉਂਕਿ ਘਰ ਵਿਖਾਉਂਦੇ ਨੀ, ਜਾਈਏ ਗੱਡੀ ਜਾਂਦੀ ਪੁਲਿਸ ਵੀ ਉਹਨਾਂ ਨੂੰ ਤੁਰ ਤੁਰ ਜਾਂਦੇ ਨੇ, ਉਰਾਂ ਪਰਾਂ ਹੋ ਜਾਂਦੇ ਨੇ ਜੇ ਮੌਕੇ ਤੇ। ਹਾਂ, ਜਿਹੜੇ ਬੰਦੇ 2 ਮੌਕੇ ਤੇ ਲੱਗੇ ਨੇ ਉਹਨਾਂ ਨੂੰ ਆਪ ਕਹਿ ਕੁਆ ਕੇ ਕਾਰਵਾਈ ਕਰਾਈ, ਤੁਹਾਨੂੰ ਪਹਿਲਾਂ ਵੀ ਕਿਹਾ ਵੀ 306 ਦਾ ਪਲੱਸ NDPS ਦਾ ਪਰਚਾ ਹੋਇਆ ਲੇਡੀਜ਼ ਤੇ, ਮੁੰਡਾ ਓਵਰਡੋਜ਼ ਹੋ ਕੇ ਮਰ ਗਿਆ ਸੀ ਜੀ, ਉਹਦਾ ਪਤਾ ਲੱਗ ਗਿਆ ਸੀ ਵੀ ਇਹਨੇ ਕਿੱਥੋਂ ਲਿਆ। ਹੈਲੋ,
बहुत धन्यवाद तुसी सानू समा दिता ते ए बहुत अहम मसला है पंजाब दा जो समय समय ते सरकारां वादे भी कर दिया रही ने कि एक महीने दे विच असी नशे नू खत्म करांगे नथ पाई जाऊगी या हुण मौजूदा सरकार ने भी इस संबंधी वादे किते सन पर देखो उन्हां वादियां नू कदों बूर पैंदा है ये समय दे भविख दे गर्भ दे विच है सो तुसी जो काम कर रहे हो असी आपदे अदारे वल्लों बहुत शलाघा करदे हां तुहाडे इन्हां कम्मां दी अते आस करदे हां कि इदां ही तुसी इन्हां चीज़ां लई वलंटियर करदे रहोगे सो तुहाडी वीडियो नू असी अपने चैनल ते प्रकाशित भी किया है ते करांगे ते इदां दे मसले असी पहलां भी चुकदे रहिंदे हां सो बहुत धन्नवाद तुहाडा साडे चैनल नू समां देण दे लई ते होर कोई आखरी प्रतिक्रम जे तुसी देना चाहो तां तुसी दे सकदे हो आखिरी प्रतिक्रम दे वीरे इही ने क्योंकि कई हले भी अंध भगत तुहानू पता आपां जे चंगा काम करिए लोकी नैगेटिव कमेंट भी करते हैं पोस्ट भी आपां गुरबाणी दी भी यूट्यूब ते पोस्ट पा दी ना कोई डिसलाइक उन्नू भी हो जांदे ने पर हले भी लोग कहिंदे ने भी तुसी एवें ना वड्डे मगर फड़ो इहनां नू फड़ के तुसी फुकरी विखांदे हो फुकरी नहीं भरावा असीं उहनां नूं इह गल कहिणी चाहुंदे आ वी जदों अपने बच्चे पीण लग जाण जे उहनां नूं उत्तों फड़ लईए आपां पहलां अपने बच्चिआं नूं हटावांगे जां घरदिआं नूं हटावांगे जां पहलां बंदे नूं फड़ांगे जी बिल्कुल उहदे तक भी पहुंच जांगे पहुंचे भी आ जिथों सानूं पता लगदा है फुकरी नहीं कोई शोशा नहीं पहुंचे भी आ परचे भी कराए ने पर हुण सोचण समझण दी गल हुंदी है इहनां नूं मैं इही सुझाव देना चाहुंदा वां जे किते अग लगी है ना जे अग आप ना घर तक है सेक ते जरूर लगेगा जिहड़े अंत भगत फड़े अज जिहड़ा की नाम है साध क्योंकि जे इहदे कोल जांदे विश्वास करके लोकी मत्था टेकण जांदे होर नौजवानां नूं गुमराह करदा नशे ते ला दिंदा इहने आप ते करदा ही है इहने दूजिआं नूं वी नशे ते ला देणा क्यों नशा करके बंदे दा दिमाग हो जांदा धुत डल हो जांदा नशा चिट्टा एड्डी माड़ी चीज़ वाली जिहड़ी इहदे तों फड़ी है क्योंकि गुरु घर च हरेक कोई तुर जांदा कोई डेरा होए कोई पीर दी जगह होए मत्था टेकण कल नूं अपनीआं धीआं भैणां ने भी जाणा हुंदा उत्थे उहनां नाल भी गलत कर सकदे ने इहो जिहे साधू कई बार आपां नूं सोचण ते मिलदे ही नवें सुणन नूं ਗੱਲਾਂ ਮਿਲਦੀਆਂ ਨੇ ਐਵੇਂ ਦੀਆਂ ਵੀ ਉੱਥੇ ਆਹ ਹੋ ਗਿਆ ਇਹ ਹੋ ਗਿਆ ਕਿਉਂਕਿ ਐਵੇਂ ਤੇ ਸਾਧ ਨੂੰ ਸਾਡੀ ਕੋਈ ਫੁਕਰੀ ਨਹੀਂ ਸੀ ਸਾਡੀ ਕੋਈ ਬਾਬੇ ਨਾਲ ਦੁਸ਼ਮਣੀ ਨਹੀਂ ਹੈ ਕਿ ਵੀਡੀਓ ਵਾਇਰਲ ਕੀਤੀ ਕਿਉਂ ਕੀਤੀ ਹੈ ਜੇ ਇੱਥੋਂ ਨਿਕਲਿਆ ਗਿਆ ਹੋਰ ਨਾ ਡੇਰਾ ਲਾ ਕੇ ਬਹਿ ਜੇ ਇਹਦੀ ਪੂਰੀ ਬਦਨਾਮੀ ਹੋ ਜੇ ਵੀ ਹੋਰਾਂ ਦੀ ਜ਼ਿੰਦਗੀ ਬਚ ਸਕੇ ਇਹ ਆਪ ਤੇ ਬਦਨਾਮ ਹੋਇਆ ਜੀ ਬਿਲਕੁਲ ਕਿਉਂਕਿ ਜੋ ਐਸੇ ਸ਼ਖਸ ਹੁੰਦੇ ਨੇ ਜੋ ਧਾਰਮਿਕ ਭੇਖ ਪੜਾ ਕੇ ਚੱਲਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਸਮਾਜ ਤੇ ਪ੍ਰਭਾਵ ਹੁੰਦਾ ਹੈ ਲੋਕੀ ਉਹਨਾਂ ਦੀ ਗੱਲ ਸੁਣਦੇ ਨੇ ਉਹਨਾਂ ਦੇ ਮਗਰ ਲੱਗਦੇ ਨੇ ਸੋ ਬਿਲਕੁਲ ਠੀਕ ਕੀਤਾ ਜੀ ਤੁਸੀਂ ਜੋ ਇਹ ਉਜਾਗਰ ਕੀਤਾ ਹੈ ਇਸ ਪਰਦੇ ਨੂੰ ਫਾਸ਼ ਕੀਤਾ ਹੈ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਨੂੰ ਸਮਾਂ ਦੇਣ ਦੇ ਲਈ ਇੱਥੇ ਹੀ ਅਸੀਂ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਜੀ ਕਿ ਮਿਲਾਂਗੇ ਕਿਸੇ ਅਗਲੀ ਖਬਰ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਿੰਘਨਾਥ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਣ ਨਹੀਂ ਲੱਗਾ ਬਾਬਾ ਤੈਨੂੰ ਰੰਗੇ ਹੱਥੀ ਫੜਿਆ ਚਿੱਟਾ ਪੀਂਦੇ ਕਿ ਨਹੀਂ ਫੜਿਆ ਫੜਿਆ ਕਿ ਨਹੀਂ ਫੜਿਆ ਅੱਜ ਤੇ ਸੰਗਤ ਨੂੰ ਵੀ ਬੇਨਤੀ ਕਰਨੇ ਆ ਦੁਨੀਆਂ ਨੂੰ ਦੂਰ ਦੇ ਨੇੜੇ ਦੀ ਹਰੇਕ ਨੂੰ ਬੇਨਤੀ ਕਰਨੇ ਵੀ ਐਵੇਂ ਦੇ ਪਖੰਡੀ ਸਾਧਾਂ ਤੋਂ ਬਚੋ ਇਹ ਜਿਹੜਾ ਪਿੱਛੇ ਬੈਠਾ ਚਿੱਟਾ ਪੀਂਦਾ ਰੰਗੇ ਹੱਥੀ ਫੜਿਆ ਵੀ ਤੇ ਕੋਲੋਂ ਵੀ ਚਿੱਟਾ ਫੜਿਆ ਮੁਰਾਦਪੁਰਿਓਂ ਲੈ ਕੇ ਆਇਆ ਸਾਰਿਆਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਕਿ ਬਜ਼ੁਰਗਾਂ ਬੱਚਿਆਂ ਨੂੰ ਵੀ ਜਿੱਥੇ ਵੀ ਐਵੇਂ ਦੇ ਪਖੰਡੀ ਸਾਧ ਗਲਤ ਕੰਮ ਕਰਦੇ ਨੇ ਜਿਹੜੇ ਡੇਰਿਆਂ ਤੇ ਜੁੱਤੀਆਂ ਮਾਰ ਕੇ ਡੇਰੇ ਚੋਂ ਬਾਹਰ ਕੱਢੋ ਉਹਨਾਂ ਨੂੰ ਆਹ ਵੇਖੋ ਇਹਦੇ ਚਿੱਟਾ ਲੈਟਰ ਪੰਨੀ ਪੁੰਨੀ ਸਾਰਾ ਕੁਝ ਇਹਦੇ ਕੋਲੋਂ ਫੜਿਆ ਪਿੰਡ ਚ ਤੇ ਮਹਾਤਮਾ ਸੰਤ ਬਣ ਜਾਂਦੇ ਨੇ ਬ੍ਰਹਮ ਗਿਆਨੀ ਬਣ ਜਾਂਦੇ ਨੇ ਬੜਾ ਕੁਝ ਕਹਾਉਂਦੇ ਨੇ ਪਰ ਪਿੰਡੋਂ ਬਾਹਰ ਆ ਕੇ ਦੂਜੇ ਏਰੀਏ ਦੇ ਪਿੰਡਾਂ ਜਾ ਕੇ ਗੰਦ ਪਾਉਂਦੇ ਨੇ ਚਿੱਟਾ ਪੀਂਦੇ ਨੇ ਨਸ਼ਾ ਕਰਦੇ ਨੇ ਹਰੇਕ ਤਰ੍ਹਾਂ ਦਾ ਨਸ਼ਾ ਇਹਦੀ ਗੱਡੀ ਚੋਂ ਫੜਿਆ ਹਰੇਕ ਤਰ੍ਹਾਂ ਦਾ ਭੁੱਕੀ ਭੀਮ ਗਾਂਜਾ ਸੁਲਫਾ ਗੋਲੀਆਂ ਚਿੱਟਾ ਤੱਕ ਅਸੀਂ ਹੋਰ ਕਿਸੇ ਦੇ ਵਿਰੋਧੀ ਨਹੀਂ ਸਿਰਫ ਚਿੱਟਾ ਵਿਰੋਧੀ ਆ ਜਿਹੜੇ ਚਿੱਟਾ ਪੀਂਦੇ ਨੇ ਇਹ ਲੈ ਕੇ ਆਇਆ ਮੁਰਾਦਪੁਰੇ ਤੋਂ ਚਿੱਟਾ ਤੇ ਜਿਹੜੇ ਵੀ ਪਿੰਡ ਅਸਾਧ ਹੈਗਾ ਇਹਨੂੰ ਟਿੱਲੇ ਚੋਂ ਜਾਂ ਕਿਸੇ ਵੀ ਡੇਰੇ ਚ ਹੋਵੇ ਇਹਨੂੰ ਬਾਹਰ ਕੱਢਿਆ ਜਾਵੇ ਨਹੀਂ ਤੇ ਨੌਜਵਾਨਾਂ ਦੀ ਜ਼ਿੰਦਗੀ ਦਾ ਘਾਣ ਕਰ ਦੇਗਾ ਇਹ ਉਹੀ ਪਖੰਡੀ ਸਾਧ ਨੇ ਜਿਹੜੇ ਨਸ਼ਿਆਂ ਤੇ ਲਾਉਂਦੇ ਨੇ ਲੋਕਾਂ ਨੂੰ ਆ ਚੰਗੀ ਤਰ੍ਹਾਂ ਸ਼ਕਲ ਵੇਖ ਲਓ ਇਹਦੀ ਵੇਖਣ ਨੂੰ ਤਾਂ ਸਾਬਤ ਸੂਰਤ ਲੱਗਦਾ ਜਟਾਵਾਂ ਨੇ ਹੁਣ ਹੱਥ ਜੋੜਦਾ ਪਿਆ ਐਵੇਂ ਸੰਗਤ ਆ ਕੇ ਇਹਦੇ ਕੋਲ ਹੱਥ ਜੋੜਦੀ ਏ ਪੈਸਿਆਂ ਦਾ ਚੜਾਵਾ ਚੜਾਉਂਦੇ ਨੇ ਇਹਦੇ ਕੋਲ ਆ ਕੇ ਤੇ ਲੋਕਾਂ ਨੂੰ ਮੂਰਖ ਬੁੱਧੂ ਬਣਾ ਕੇ ਪੁੱਠੇ ਰਾਹ ਚ ਪਾ ਦਿੰਦੇ ਨੇ ਨਸ਼ਿਆਂ ਚ ਲਾ ਦਿੰਦੇ ਨੇ ਗਣ ਬਣਾ ਕਿੱਥੋਂ ਲਿਆ ਸਮਾਨ ਪੁੱਛ ਬਾਬਾ ਇਹ ਦੱਸ ਦੇ ਕਿੱਥੋਂ ਲਿਆ ਲਿਆ ਕਿੱਥੋਂ ਸਮਾਨ ਉਹ ਮੇਰੀ ਪੁੱਛ ਨਾ ਨਾ ਬੰਦਾ ਹੀ ਕਿਹੜੇ ਪਿੰਡੋਂ ਗੱਡੀ ਮਾਈਆਂ
ਮਜਬੂਰੀ ਹੈ ਚੱਲ ਵੀਰ ਮੈਨੂੰ ਕੋਈ ਪਿੰਡ ਕਿਹੜੇ ਕਿਹੜੇ ਪਿੰਡ ਡਿਊਟੀ ਦੇ ਕੇ ਪਿੰਡ ਕਿਹੜਾ ਕਿਹੜਾ ਪਿੰਡ ਕਿਹੜੇ ਤੇ ਤੂੰ ਕਿਹੜੇ ਡੇਰੇ ਡੂਰੇ ਕਿਹੜੇ ਤੇ ਨਰੈਣਗੜ ਆ ਕਨੋੜ ਸਾਹਿਬ ਵੱਲ ਹਾਂ ਜੀ ਵੀਰ ਪਰ ਉਧਰ ਨੇ ਕਲਾਰਾਂ ਨਰੈਣ ਕਲਾਰਾਂ ਦੇ ਉਹ ਜਿਹੜਾ ਪਿੱਛੇ ਟਿੱਲਾ ਜੀ ਹੈ ਬਲਮਗੜ ਬਣਾ ਕੇ ਬਲਮਗੜ ਬਣਾ ਕੇ ਉਹ ਟਿੱਲਾ ਹੈ ਆ ਵੇ ਕੋਈ ਚਿੱਟਾ ਫੜਿਆ ਬਾਬੇ ਤੋਂ ਚੰਗਾ ਭਲਾ ਸਾਬਤ ਸੂਰਤ ਸਾਧ ਬਣਿਆ ਫਿਰਦਾ ਹੈ ਗੱਡੀ 'ਚ ਬੈਠਾ ਚਿੱਟਾ ਪੀਂਦਾ ਹੋਈ ਪੰਨੀ ਤੇ ਲੈਟਰ ਲਿਆ ਚਿੱਟਾ ਬਣਿਆ ਮੈਂ ਉਸ ਤੇ ਪਿੰਡ 'ਚੋਂ ਲੈ ਕੇ ਆਇਆ ਹੈ ਸ਼ਰਮ ਕਰ ਬਾਬਾ ਸ਼ਰਮ ਥੋੜੀ ਬਾਦੀ ਮੁੜ ਕੇ ਕੀ ਹੱਦ ਹੈ ਤੇਰੇ ਵਾਲੀ ਹੁਣ ਤੈਨੂੰ ਕਹੀਏ ਕੀ ਸਾਡੇ ਪਿਓ ਤੋਂ ਵੀ ਵੱਡਾ ਹੈ ਤੂੰ।